हां तो प्यारे बच्चे सारे ने पेपर सब्जी कल हां बेटा नवोदय दाखला परीक्षा तैयारी दिन अपन मॉक टेस्ट आर 526 ਦੇ 25 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਬੇਟਾ ਤਾਂ ਬੇਟਾ ਏ ਹੈ ਮਿਰਰ ਇਮੇਜ ਦੇ ਵਿੱਚ ਅਕਿਰਤੀ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਦੇਖੂਗੀ ਤਾਂ ਬੇਟਾ ਆਹਾ ਅਕਿਰਤੀ ਦਿੱਤੀ ਹੋਈ ਹੈ ਇਹਦੇ ਵਿੱਚ ਬੇਟਾ ਆ ਥੱਲੇ ਜਿੱਥੇ ਲਾਈਨਾਂ ਲਾਈਆਂ ਇਹਦਾ ਮਤਲਬ ਐਸ ਪਾਸੇ ਸ਼ੀਸ਼ਾ ਰੱਖ ਦਿੱਤਾ ਜਾਵੇ ਦਾ ਸ਼ੀਸ਼ੇ ਵਿੱਚ ਆ ਉੱਪਰ ਵਾਲੀ ਇਕਾਤੀ ਕਿਦਾਂ ਦੀ ਦੇਖੂਗੀ ਬੇਟਾ ਇੱਧਰ ਵੀ ਸ਼ੀਸ਼ਾ ਰੱਖ ਸਕਦੇ ਉੱਪਰ ਵੀ ਰੱਖ ਸਕਦੇ ਆ ਇਹ ਅਸੀਂ ਦੇਖਣਾ ਸ਼ੀਸ਼ੇ ਦੇ ਵਿੱਚ ਬੇਟਾ ਪਾਸਮੀ ਉਲਟਾ ਪ੍ਰਤੀਬਿੰਬ ਬਣਦਾ ਅਕਸਰ ਬੱਚੇ ਇਨ੍ਹਾਂ ਸਵਾਲਾਂ ਦੇ ਵਿੱਚ ਕਨਫਿਊਜ਼ ਹੋ ਜਾਂਦੇ ਆ ਗਲਤੀ ਕਰ ਜਾਂਦੇ ਆ ਇਸ ਕਰਕੇ ਬੇਟਾ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਕਰਾਉਣ ਲੱਗਾ ਤੇ ਜਦੋਂ ਸ਼ੀਸ਼ੇ ਦੇ ਵਿੱਚ ਬੇਟਾ ਤੁਸੀਂ ਜਦੋਂ ਸ਼ੀਸ਼ੇ ਸਾਹਮਣੇ ਖੜਦੇ ਆਂ ਤੁਹਾਡੀ ਸ਼ਕੀ ਦਿਖਦੀ ਤੁਸੀਂ ਸੱਜਾ ਹੱਥ ਲਾਉਂਗੇ ਸ਼ੀਸ਼ੇ 'ਚ ਜਿਹੜੀ ਤੁਹਾਡੀ ਸ਼ਕੀ ਉਹ ਖੱਬਾ ਹੱਥ ਹਿਲਾਉਂਦੀ ਮਤਲਬ ਪਾਸੇ ਪਲਟ ਜਾਂਦੇ ਆ ਠੀਕ ਹੈ ਬੇਟਾ ਤੇ ਜਦੋਂ ਬੇਟਾ ਕਨਫਿਊਜ਼ਨ ਬਣਦੀ ਆ ਤਾਂ ਤੁਸੀਂ ਕੀ ਕਰਨਾ ਉੱਥੇ ਜਿਹੜਾ ਹੈਗਾ ਇਹਦੇ ਤੇ ਪੈਨਸਲ ਨਾਲ ਡਾਰਕ ਕਰ ਲੈਣਾ ਇਹਨੂੰ ਠੀਕ ਆ ਥੋੜਾ ਜਿਆਕਰੋੜ ਕੇ ਉੱਤੇ ਡਾਰਕ ਡਾਰਕ ਲਿਖ ਦੇਣਾ ਤੇ ਜਦੋਂ ਡਾਰਕ ਡਾਰਕ ਲਿਖ ਦੋਗੇ ਫੇਰ ਬੇਟਾ ਤੁਸੀਂ ਕੀ ਕਰਨਾ ਵੀ ਉਧਰ ਜਿਹੜੇ ਪਾਸੇ ਰੋਸ਼ਨੀ ਆ ਉਹਨੂੰ ਇਹਨੂੰ ਐਸ ਲੋਟ ਨੂੰ ਪੁੱਠਾ ਕਰ ਲੈਣਾ ਐਸ ਲੋਟ ਨੂੰ ਗੱਲ ਸਮਝਦੇ ਪਿਆ ਜੇ ਇਸ ਪਾਸੇ ਸ਼ੀਸ਼ਾ ਉਸ ਲੋਟ ਨੂੰ ਪੁੱਠਾ ਕਰਨਾ ਬੇਟਾ ਤੇ ਬੇਟਾ ਆ ਮੈਂ ਬਣਾਈ ਹੈ ਕਿਰਤੀ ਆ ਦੇਖੋ ਇਹਦੇ ਨਾਲ ਦੀ ਕਿਰਤੀ ਹੈ ਹੁਣ ਜਿਹੜੇ ਪਾਸੇ ਨੂੰ ਸ਼ੀਸ਼ਾ ਰੱਖਿਆ ਬੇਟਾ ਉਸ ਪਾਸੇ ਨੂੰ ਹੀ ਉਲਟੀ ਕਰਾਂਗੇ ਕਿਰਤੀ ਨੂੰ ਫਿਰ ਸਾਨੂੰ ਪਤਾ ਲੱਗੂਗਾ ਠੀਕ ਹੈ ਉਥੇ ਚਾਨਣ ਤਾਂ ਹੋਊਗਾ ਹੀ ਤੁਹਾਡੇ ਕੋਲੇ ਜਿੱਥੇ ਵੀ ਪੇਪਰ ਕਰੋਗੇ ਤੁਸੀਂ ਤੇ ਜਦੋਂ ਬੇਟਾ ਐਸ ਕਿਰਤੀ ਨੂੰ ਆ ਸ਼ੀਸ਼ੇ ਵਾਲੇ ਪਾਸੇ ਨੂੰ ਅਸੀਂ ਇੱਕ ਉਲਟੀ ਕਰਦੇ ਆਂ ਤਾਂ ਇਸ ਤਰ੍ਹਾਂ ਦੀ ਕਿਰਤੀ ਹੈ ਜਿਹੜੀ ਬੇਟਾ ਸਾਨੂੰ ਦਿਖੂਗੀ ਆਹਾ ਕਿਰਤੀ ਸਾਡਾ ਉੱਤਰ ਆਊਗੀ ਅਸੀਂ ਦੇਖ ਲਵਾਂਗੇ ਵੀ ਆਹ ਕਿਰਤੀ ਹੈ ਜਿਹੜੀ ਇਸ ਤਰ੍ਹਾਂ ਦੀ ਕਿਰਤੀ ਕਿੱਥੇ ਬਣਦੀ ਪਈ ਹੈ ਠੀਕ ਹੈ ਬੇਟਾ ਮੇਰਾ ਕਿਆਲਾ ਗੱਲ ਸਮਝ ਆ ਗਈ ਬੇਟਾ ਤੁਹਾਨੂੰ ਤਾਂ ਬੇਟਾ ਇਹਦੇ ਵਿੱਚ ਤੁਸੀਂ ਦੇਖੋ a1 ਕਿਰਤੀ ਬਿਲਕੁਲ ਇਹਦੇ ਨਾਲ ਦੀ ਕਿਰਤੀ ਬਣਦੀ ਪਈ ਹੈ ਠੀਕ ਹੈ ਬੇਟਾ ਹੁਣ ਧਿਆਨ ਨਾਲ ਦੇਖੋ ਤਾਂ ਜਿਹੜੀ ਸਾਡੀ ਉਹ ਕਿਰਤੀ ਬਣੀ ਸੀ ਆ a1 ਕਿਰਤੀ ਬਣਦੀ ਪਈ ਹੈ ਜਿਹੜੀ ਆਪਣੀ ਪਲਟਾ ਕੇ ਬਣੀ ਸੀਗੀ ਠੀਕ ਹੈ ਬਿਲਕੁਲ ਇਹਦੇ ਉਲਟ ਹੈ ਜਿਹੜਾ ਇਧਰੋਂ ਐ ਨੂੰ ਪਲਟ ਕੇ ਕੀਤੀ ਤੇ ਆਹਾਂ ਕੀਤੀ ਹੈ ਜਿਹੜੀ ਦਿਖਾਈ ਦੇਊਗੀ A1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 26 ਸਵਾਲ ਨੰਬਰ 26 ਨੂੰ ਵੀ ਧਿਆਨ ਦੇ ਨਾਲ ਆਬਜ਼ਰਵ ਕਰੋ ਬੇਟਾ ਤਾਂ ਇਹਦੇ ਵੀ ਬੇਟਾ ਐਸ ਪਾਸੇ ਸ਼ੀਸ਼ਾ ਰੱਖਿਆ ਹੋਇਆ ਹੈਗਾ ਇਹ ਤਾਂ ਬੇਟਾ ਐਸ ਪਾਸੇ ਸ਼ੀਸ਼ਾ ਆਇਆ ਇਹਦੇ ਇਹ ਕਿਰਤੀ ਨੂੰ ਜਦੋਂ ਇੱਥੇ ਸ਼ੀਸ਼ਾ ਰੱਖਾਂਗੇ ਸ਼ੀਸ਼ੇ ਵਿੱਚ ਕਿਰਤੀ ਕਿਵੇਂ ਦੀ ਦਿਖੂਗੀ ਭਾ ਅੱਗੇ ਗੱਲ ਕਰ ਚੁੱਕੇ ਪਾਸੇ ਪਲਟ ਜਾਂਦੇ ਆ ਤੇ ਬੇਟਾ ਇਹ ਸਾਰੀ ਦੀ ਸਾਰੀ ਥੱਲੇ ਨੂੰ ਆ ਜਾਊਗੀ ਠੀਕ ਹੈ ਬੇਟਾ ਤੇ ਆ ਜਿਹੜਾ ਹੈਗਾ ਆ ਇਹ ਵੀ ਬਾਹਰਲੇ ਪਾਸੇ ਨੂੰ ਹੀ ਰਹੂਗਾ ਜਦੋਂ ਐਸ ਲੋਟ ਹੀ ਪਲਟਣੀ ਹੈ ਨਾ ਇਹ ਕਿਰਤੀ ਸਿਰਫ ਪਾਸਵੀ ਉਲਟਾ ਪ੍ਰਤੀਬਿੰਬ ਬਣਦਾ ਜੇ ਬੇਟਾ ਤੁਹਾਡੇ ਦਿਮਾਗ ਚ ਆਉਂਦਾ ਠੀਕ ਹੈ ਨਹੀਂ ਤਾਂ ਤੁਸੀਂ ਕੀ ਕਰਨਾ ਇਹਦੇ ਤੇ ਘਰੋੜ ਕੇ ਲਿਖ ਲੈਣਾ ਇਦਾਂ ਦੀ ਕਿਰਤੀ ਬਣੀ ਹੋਈ ਹੈ ਨਾ ਤੁਸੀਂ ਪੈਨਸਲ ਦੇ ਨਾਲ ਇੱਥੇ ਬੇਟਾ ਘਰੂੜ ਕੇ ਲਿਖ ਲੈਣਾ ਲਿਖ ਕੇ ਡਾਰਕ ਕਰ ਲੈਣਾ ਇਦਾਂ ਦੇ ਡਾਰਕ ਹੋ ਜੂ ਡਾਰਕ ਹੋ ਕੇ ਜਿਸ ਪਾਸੇ ਨੂੰ ਸ਼ੀਸ਼ਾ ਲੱਗਾ ਉਸ ਪਾਸੇ ਨੂੰ ਉਹ ਕਿਰਤੀ ਪਲਟ ਦੇਣੀ ਹੈ ਸ਼ੀਸ਼ੇ ਵਾਲੇ ਪਾਸੇ ਨੂੰ ਲਓ ਬੇਟਾ ਇਦਾਂ ਦੀ ਇੱਕ ਕਿਰਤੀ ਹੈ ਜਿਹੜੀ ਤੁਹਾਨੂੰ ਦਿਖਾਈ ਦੇਣ ਲੱਗ ਪਾਊਗੀ ਤਾਂ ਬੇਟਾ ਇਹ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਤਾਂ ਆ ਦੇਖੋ b1 ਕਿਰਤੀ ਵਰਗੀ ਕਿਰਤੀ ਬਣਦੀ ਪਈ ਹੈ ਸ਼ੀਸ਼ੇ ਵਾਂਗੂ ਪਲਟ ਕੇ ਤਾਂ ਮੇਰਾ ਕਹਿਲਾ ਬੇਟਾ ਗੱਲ ਸਮਝ ਆ ਗਈ ਤਾਂ B1 31 ਵਰਗੀ ਕਿਰਤੀ ਬਣੂਗੀ ਸਾਡੀ ਮੇਰੇ ਰਮੇਈ ਦੇ ਵਿੱਚ ਠੀਕ ਹੈ ਇਸ ਗੱਲ ਨੂੰ ਬੇਟਾ ਧਿਆਨ ਨਾਲ ਸਮਝ ਲਓ ਜਾਂ ਤੁਸੀਂ ਦਿਮਾਗ ਨਾਲ ਜਾਂ ਇਹਨੂੰ ਡਾਰਕ ਕਰਕੇ ਲਿਖ ਕੇ ਤੇ ਪੇਪਰ ਹੀ ਪਲਟ ਕੇ ਦੇਖ ਲੈਣਾ ਕਿਉਂਕਿ ਤੁਹਾਡੇ ਕੋਲੇ ਉੱਥੇ ਪੇਪਰ ਆਊਗਾ ਤਾਂ ਇਸ ਕਰਕੇ ਬੇਟਾ B1 ਕਿਰਤੀ ਨੂੰ ਅਸੀਂ ਇਹ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਹਾਂ ਬੇਟਾ ਤਾਂ ਅੱਗੇ ਆ ਗਿਆ ਸਵਾਲ ਨੰਬਰ 27 ਸਵਾਲ ਨੰਬਰ 27 ਦੇ ਵਿੱਚ ਧਿਆਨ ਨਾਲ ਦੇਖੋ ਬੇਟਾ ਆ ਬੇਟਾ ਅਕਿਰਤੀ ਬਣੀ ਹੋਈ ਹੈ ਸਮੱਸਿਆ ਕੀ ਹੈ ਆ ਥੱਲੇ ਸ਼ੀਸ਼ਾ ਲਾਇਆ ਹੋਇਆ ਹੈ ਆ ਡੈਡੀਆਂ ਲਾਈਨਾਂ ਸ਼ੀਸ਼ੇ ਦਾ ਪ੍ਰਤੀਕ ਹੈ ਉਹ ਕਹਿੰਦਾ ਸ਼ੀਸ਼ੇ ਦੇ ਵਿੱਚ ਜੇ ਇੱਥੇ ਸ਼ੀਸ਼ਾ ਲਾ ਦੀਏ ਆ ਕਿਰਤੀ ਕਿਵੇਂ ਦੀ ਦਿਖੂਗੀ ਤਾਂ ਬੇਟਾ ਟੰਗ ਫੇਰ ਉਹੀ ਇਹਨੂੰ ਥੋੜਾ ਜਿਹਾ ਡਾਰਕ ਕਰਕੇ ਲੇਖ ਲਓ ਜੇ ਤਾਂ ਬ੍ਰੇਨ ਚ ਬਣਦਾ ਵੀ ਇਦਾਂ ਦੀ ਅਕਿਰਤੀ ਬਣੂਗੀ ਪਲਟ ਕੇ ਇਹ ਠੀਕ ਹੈ ਤਾਂ ਫਿਰ ਤਾਂ ਠੀਕ ਹੈ ਜੇ ਨਹੀਂ ਸਮਝ ਆਉਂਦਾ ਤਾਂ ਫਿਰ ਤੁਸੀਂ ਕੀ ਕਰਨਾ ਹੈ ਇਦਾਂ ਦੀ ਇਹਨੂੰ ਡਾਰਕ ਕਰ ਲੈਣਾ ਡਾਰਕ ਕਰਕੇ ਵੈਸੇ ਬੇਟਾ ਸਾਡੇ ਦਿਮਾਗ ਚ ਆ ਜਾਣਾ ਇਹ ਠੀਕ ਹੈ ਇਹਨੂੰ ਡਾਰਕ ਕਰ ਲੈਣਾ ਡਾਰਕ ਕਰਕੇ ਤੇ ਬੇਟਾ ਇਦਾਂ ਦੀ ਇਕਾਤੀ ਬਣ ਜੂਗੀ ਡਾਰਕ ਕਰਕੇ ਇਹਨੂੰ ਫਿਰ ਰੋਸ਼ਨੀ ਵਾਲੇ ਪਾਸੇ ਜਿੱਧਰਲੇ ਪਾਸੇ ਨੂੰ ਸ਼ੀਸ਼ਾ ਉਧਰਲੇ ਪਾਸੇ ਨੂੰ ਘੁਮਾ ਕੇ ਪੁੱਠੀ ਕਰ ਦੇਣਾ ਤੇ ਫਿਰ ਇਹਨੂੰ ਦੇਖ ਲੈਣਾ ਕਿਦਾਂ ਦੀ ਇਕਾਤੀ ਬਣੂਗੀ। ਖਲੋ ਬੇਟਾ ਧਿਆਨ ਨਾਲ ਦੇਖੋ ਆ ਜਿਹੜੀ ਇਕਾਤੀ ਬਣਦੀ ਪਈ ਆ ਆ C1 ਇਕਾਤੀ ਦੇ ਨਾਲ ਬਿਲਕੁਲ ਰਲਦੀ ਮਿਲਦੀ ਪਈ ਆ ਇਕਾਤੀ। ਠੀਕ ਆ ਬੇਟਾ ਆ C ਨਾਲ ਰਲਦੀ ਮਿਲਦੀ ਇਕਾਤੀ ਆ ਜਿਹੜੀ ਉਹ ਬਣੂਗੀ। ਤਾਂ ਇਸ ਕਰਕੇ C131 ਨੂੰ ਅਸੀਂ ਐਜ਼ ਅ ਰਾਈਟ ਆਂਸਰ ਟਿਕ ਕਰ ਦਵਾਂਗੇ ਇਹਨੂੰ ਬੇਟਾ ਜਿੰਨਾ ਤੁਸੀਂ ਕਰੋੜ ਕੇ ਲਿਖੋਗੇ ਇਹ 19 ਹੀ ਡਾਰਕ ਤੁਹਾਨੂੰ ਦਿਖਾਈ ਦੇ ਦਊਗੇ ਤਾਂ ਬੇਟਾ ਇਹਦਾ C1 ਨੂੰ ਅਸੀਂ ਐਜ਼ ਅ ਰਾਈਟ ਆਂਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 28 ਇਸੇ ਸੈੱਟ ਦਾ ਆਖਰੀ ਸਵਾਲ ਹੈਗਾ ਹੈ ਤਾਂ ਸਵਾਲ ਨੰਬਰ 28 ਦੇ ਵਿੱਚ ਬੇਟਾ ਆਹ ਹੇਠਲੇ ਪਾਸੇ ਮਿਰਰ ਲਗਾਇਆ ਹੋਇਆ ਹੈਗਾ ਕਹਿੰਦਾ ਇਹ ਕਿਰਤੀ ਮਿਰਰ ਦੇ ਵਿੱਚ ਕਿਸ ਤਰ੍ਹਾਂ ਦੀ ਬਣੂਗੀ ਤਾਂ ਬੇਟਾ ਇਹ ST ਜਿਹੜਾ ਲਿਖਿਆ ਇਹ ਕਿਵੇਂ ਦਾ ਦੇਖੂਗਾ ਜੇ ਤਾਂ ਬੇਟਾ ਦਿਮਾਗ ਕੰਮ ਕਰਦਾ ਆ ਫਿਰ ਸਿੱਧਾ ਬਣਾ ਕੇ ਦੇਖੋ ਤਾਂ ਜ਼ਿਆਦਾ ਜਿਹੜਾ ਐਪਰੋਪ੍ਰੀਏਟ ਹੈਗਾ ਹੈ ਨਾ ਜੇਕਰ ਨਹੀਂ ਸਮਝ ਲੱਗੀ ਥੋੜਾ ਜਿਹਾ ਟੈਕਨੀਕਲ ਆ ਗਿਆ ਫਿਰ ਤੁਸੀਂ ਪੈਨਸਲ ਨਾਲ ਇਹਨੂੰ ਡਾਰਕ ਕਰ ਦੇਣਾ ਡਾਰਕ ਕਰਕੇ ਤੇ ਬੇਟਾ ਇਸ ਤਰ੍ਹਾਂ ਦੀ ਕਿਰਤੀ ਦਿਖੂਗੀ ਉੱਥੇ ਠੀਕ ਹੈ ST ਇਦਾਂ ਹੀ ਲਿਖਿਆ ਹੋਇਆ ਹੈ ਤੇ ਇਹਨੂੰ ਬੇਟਾ ਜਿਹੜਾ ਹੈਗਾ ਤੁਸੀਂ ਸ਼ੀਸ਼ੇ ਵਾਲੇ ਪਾਸੇ ਨੂੰ ਪਲਟਾ ਦੇਣਾ ਜਦੋਂ ਸ਼ੀਸ਼ੇ ਵਾਲੇ ਪਾਸੇ ਨੂੰ ਪਲਟਾਵਾਂਗੇ ਤਾਂ ਬੇਟਾ ਇਦਾਂ ਦੀ ਇਕਾਤੀ ਹੈ ਜਿਹੜੀ ਸਾਨੂੰ ਦਿਖਾਈ ਦੇਊਗੀ ਠੀਕ ਹੈ ਬੇਟਾ ਤਾਂ ਆਹ B1 ਇਕਾਤੀ ਨੂੰ ਧਿਆਨ ਦੇ ਨਾਲ ਦੇਖੋ ਬੇਟਾ ਤੁਸੀਂ B1 ਇਕਾਤੀ ਹੈ ਜਿਹੜੀ ਬਿਲਕੁਲ ਇਦਾਂ ਦੀ ਇਕਾਤੀ ਬਣਦੀ ਪਈ ਹੈ ਠੀਕ ਹੈ ਬੇਟਾ ਆਹ T ਤੇ S ਆ ਵੀ ਦੇਖੋ T ਤੇ S ਤਾਂ ਇਸ ਕਰਕੇ B1 ਇਕਾਤੀ ਹੈ ਇਹਦਾ ਰਾਈਟ ਆਨਸਰ ਆ ਜਾਊਗਾ ਠੀਕ ਹੈ ਬੇਟਾ ਮੇਰਾ ਖਿਆਲ ਤੁਹਾਨੂੰ ਇਹ ਗੱਲ ਕਲੀਅਰ ਹੋ ਗਈ ਤਾਂ b1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 28 ਇਹ ਟੌਪਿਕ ਹੈ ਜਿਹੜਾ ਮੈਂ ਕੱਲਾ ਬੇਟਾ ਰੱਖ ਰਿਹਾ ਇਸੇ ਕਰਕੇ ਵੀ ਇਹ ਮਹੱਤਵਪੂਰਨ ਟੌਪਿਕ ਹੈ ਇਹਨੂੰ ਧਿਆਨ ਨਾਲ ਸਮਝ ਲਓ ਅਕਸਰ ਬੱਚੇ ਇਹਦੇ ਵਿੱਚ ਗਲਤੀਆਂ ਕਰਦੇ ਆ ਤੇ ਅਗਲਾ ਟੌਪਿਕ ਆਪਾਂ ਅਗਲੀ ਵੀਡੀਓ ਵਿੱਚ ਦੇਖਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ